ਅੰਦਾ ਲੰਗੜਾ ਲੁੰਝੋ ਪੈਰਾ ਗੂੰਗਾ ਫਰਦਾਰ ਚਾਹੇ ਜਸਾ ਪੀਓ ਪਤੀ ਨਖੁਸ਼ੀ ਕੀਤੀ ਨਾ ਸੰਦਾ ਲੰਗੜਾ ਲੁੰਝ ਪੈਰਾ ਗੂੰਗਾ ਕੈਸਾ ਵੀ ਹੋ ਉਹੀ ਮੇਰੀ ਨੇਕ ਪਤੀ ਹੈ ਗੀਤ ਸਿਰ ਕੇ ਰਾਤਾ ਬੇਟੀ ਕਰੂ ਬਰ ਸੁਵਰਤ ਤੇਰੇ ਲੇਖੋਟ ਸਭੀ ਤੂੰ ਦੇਖ ਅਗਰ ਸਤੀ ਤੂੰ ਪਤੀ ਵਰਤਾ ਹੈ ਰਖ ਲਖਾਨ ਦਾਨ ਕੀਤੇ ਇਹ ਮੇਰਾ ਨੂਨੀ ਨਿਗਾ ਬੇਟਾ ਹੈ ਉਹ ਸੁਝਾਵ ਨੇ ਜ਼ੁਲਮ ਕਰ ਦੀ ਮੇਰੇ ਸਾਥ ਤੋਂ ਬਹੁਤ ਛਲ ਕੀ ਆਗ ਨੇ ਲੇਕਿਨ ਆਪ ਇੱਕ ਕੰਮ ਕਰੀਏ ਆਪ ਜਾਓ ਔਰ ਜੋ ਵੀ ਹੈ ਇਹ ਮੇਰੇ ਪਤੀ ਮੇਰੇ ਭਗਵਾਨ ਹੈ ਤੋ ਇਹ ਉਹ ਮਹਾਨ ਦੇਸ਼ ਹੈ ਦੇਸ਼ ਕੇ ਸਤੀਓ ਨੇ ਇਹ ਦੇਸ਼ ਕਾ ਨਾਮ ਕਿਹਾ ਗੈਰ ਮੁਲਕ ਵਾਲੇ ਇਸੀ ਲਈ ਤਾਂ ਕਹਿੰਦੇ ਸਤੀ ਮਾਤਾ ਹੈ ਕਹਾਂ ਮਿਲੇਗੀ ਆਰੀ ਔਰ ਦੇਸ਼ ਮੇਂ ਦਾਨੀ ਕਹਾਂ ਮਿਲੇਗੀ ਆਰੀ ਔਰ ਦੇਸ਼ ਮੇਂ ਵਿਦਵਾਨ ਕਹਾਂ ਮਿਲੇਗੀ ਆਰੀ ਔਰ ਦੇਸ਼ ਮੇਂ ਅਬ ਉਹ ਸਤੀ ਰਾਤ ਕੇ 12 ਵਜਤੇ ਹੈ ਔਰ ਆਪਣੇ ਪਤੀ ਕੋ ਆਪਣੇ ਕੰਧੇ ਲਗਾ ਕੇ ਆਪਣੀ ਥੋੜੀ ਮੇ ਲੇਕਰ ਚਲ ਦੇਤੀ ਕਿਆ ਬ੍ਰਹਮ ਸੁਤਾ ਲੈ ਸੋਚ ਲਿਆ ਸਾਸੁਸਰ ਮਾਂ ਬਾਪਾ ਕਾ ਦੁਨੀਆ ਮਹਿਮਾਨ ਰਾਖੀਏ ਤੇਰਾ ਸਹਾਰਾ ਲਿਆ ਪ੍ਰਭੂ ਦਸੀ ਕਾ ਧਿਆਨ ਰਾਖੀਏ ਔਰ ਜਤੀ ਸਤੀ ਕੇ ਸਰਪ ਸਤਕਾ ਨਾਮ ਨਿਸ਼ਾਨ ਰਾਖੀਏ ਨਾਮ ਨਿਸ਼ਾਨ ਰਾਖੀਏ ਤੂੰ ਸਮਝਾਣੇ ਸੇ ਸਿਖਰ ਚੜ੍ਹੀ ਤੂੰ ਸਮਝਾਣੇ ਸੇ ਸਿਖਰ ਚੜ੍ਹੀ ਇਕ ਤਰੇ ਮੈਂ ਪੜੀ ਜੀ ਸ੍ਰੀਪੀ ਆਪਾ ਆਪ ਮੇਰਾ ਸੇ ਤੇਰੇ ਹਾਥ ਮੈਂ ਜਗਬੰਧੂ ਸਮਝਾ ਇਨਸਾਫ ਮੇਰਾ ਸੇ ਹਰ ਸਾਦੀ ਕਰਕੇ ਸਜ਼ਾ ਮਿਲੀ ਇਸਾ ਕੁਸਾ ਪਾਪ ਮੇਰਾ ਸੇ ਹਰ ਮਾਰ ਸਹੇ ਦੇ ਜੀਵਾ ਸਾਥੀ ਮਾਂ ਬਾਪ ਮੇਰਾ ਸੇ ਪਤੀਵਰਤਾ ਨੇਮ ਹੋ ਜਾ ਜੇ ਜੱਤੀ ਤੇ ਸੱਤੀ
चलती फिरती भी अब आम जंगल में पहुँच जाती है, और अपने धर्म के लिए, इस देश की लाज रखने के लिए उस सती ने क्या करा, एक ऋषिराज वहाँ तपस्या करते वहाँ पहुँच जाती है। महाराज ये मेरे पति है, बेटी की तरह पति है, हाँ, और आपके पास रहना चाहती हूँ बेटा। खैर इसकी देखभाल तो मैं कर दूंगा, ना खाने पीने का मेरे लिए प्रबंध किया है बच्ची के लिए। तो क्या कर रही थी, राजपाट और समी रीत है नाटन आली बन गई, छोटे से साजन पैदल ने नाटन आली बन गई, और एक 12 साल डटी बन में दुख बाटन आली बन गई, और पति पाल ने खातर लकड़ी काटन आली बन गई। चंद्रलाल पर जवान हुआ, चंद्रलाल पर जवान हुआ, फिर प्रेम की लड़की बुहारी।